ਮੀਂਹ ਪੈਣ ਨਾਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ, ਅੱਤ ਦੀ ਗਰਮੀ ਤੋਂ ਬਾਅਦ ਪੰਛੀ ਵੀ ਕਾਫੀ ਪਰੇਸ਼ਾਨ ਸੀ, ਲੋਕ ਵੀ ਪਰੇਸ਼ਾਨ ਸੀ, ਪਰ ਰਾਹਤ ਮਿਲੀ ਹੈ। ਉੱਥੇ ਹੀ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਰਕੇ ਵੀ ਪ੍ਰਸ਼ਾਸਨ ਦੀ ਜਿਹੜੀ ਪੋਲ ਹੈ ਸਾਫ਼ ਤੌਰ 'ਤੇ ਖੁੱਲ੍ਹਦੀ ਨਜ਼ਰ ਆ ਰਹੀ ਹੈ। ਵੇਖੋ ਸਾਡੀ ਰਿਪੋਰਟ। ਅੱਤ ਦੀ ਗਰਮੀ 'ਚ ਮੀਂਹ ਨੇ ਲੋਕਾਂ ਨੂੰ ਥੋੜ੍ਹੀ ਬਹੁਤ ਰਾਹਤ ਤਾਂ ਜ਼ਰੂਰ ਦਿੱਤੀ ਹੈ, ਪਰ ਦੂਜੇ ਪਾਸੇ ਆਮ ਗਲੀਆਂ ਅਤੇ ਸੜਕਾਂ 'ਚ ਪਏ ਹੋਏ ਟੋਏ ਅਤੇ ਉਹਨਾਂ 'ਚ ਭਰ ਰਹੇ ਪਾਣੀ ਨੇ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਹੈ। ਪਾਣੀ ਦੀ ਨਿਕਾਸੀ ਦੇ ਲਈ ਨਹਿਰੀ ਵਿਭਾਗ ਦੇ ਵੱਲੋਂ ਲੱਖ ਦਾਅਵੇ ਕੀਤੇ ਗਏ ਹਨ, ਪਰ ਦੂਜੇ ਪਾਸੇ ਦਾਅਵਿਆਂ ਦੀ ਕਿਵੇਂ ਹਵਾ ਨਿਕਲਦੀ ਨਜ਼ਰ ਆ ਰਹੀ ਹੈ ਤਸਵੀਰਾਂ 'ਚ ਤੁਸੀਂ ਸਾਫ਼ ਤੌਰ 'ਤੇ ਵੇਖ ਸਕਦੇ ਹੋ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਹੰਸਲੀ ਨਾਲੇ ਦੇ ਕੀ ਹਾਲ ਨੇ। ਥਾਂ ਥਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਨੇ ਅਤੇ ਨਾਲੇ 'ਚ ਥਾਂ ਥਾਂ 'ਤੇ ਕੱਖ ਵੀ ਉੱਗੀ ਹੋਈ ਹੈ। ਫਿਲਹਾਲ ਨਾਲੇ ਦੇ ਹਾਲ ਨੇ ਉਹ ਤਰਸਯੋਗ ਬਣੇ ਹੋਏ ਨੇ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਲਦੀ ਹੰਸਲੀ ਨਾਲੇ ਦੀ ਸਫਾਈ ਕੀਤੀ ਜਾਵੇ। ਮੌਸਮ ਵਿਭਾਗ ਨੇ ਚੇਤਾਵਨੀ ਦੇਣੀ ਆ, ਕਿਉਂ? ਕਿਉਂਕਿ ਦੇਣੀ ਗਾਂ ਬਰਸਾਤ ਦੇ ਆਉਣ ਵਾਲੇ ਆ। ਸੋ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਅਸਲੀ ਦਾ ਕਿਹੜਾ ਨਾਲਾ ਉਹਦੀ ਸਫਾਈ ਹੋਣੀ ਚਾਹੀਦੀ ਆ। ਉਹਦੇ 'ਚ ਬਹੁਤ ਹੀ ਘਾਹ ਉੱਗਿਆ ਹੋਇਆ ਵਾ ਔਰ ਉੱਥੇ ਕੂੜਾ ਕਰਕਟ ਵੀ ਹੈ ਵਾ। ਉਹਦੀ ਸਫਾਈ ਹੋਏਗੀ ਤਦੇ ਹੀ ਸ਼ਹਿਰ ਦਾ ਸਾਰਾ ਪਾਣੀ ਉਸ ਨਾਲੇ ਵਿੱਚ ਜਾਂਦਾ ਵਾ, ਫਿਰ ਹੀ ਉਹ ਤੋਂ ਬਚਿਆ ਜਾ ਸਕਦਾ ਹੈ। ਉੱਥੇ ਜਦੋਂ ਇਸ ਪੂਰੇ ਮਸਲੇ ਨੂੰ ਲੈ ਕੇ ਲਿਵਿੰਗ ਇੰਡੀਆ ਨਿਊਜ਼ ਦੀ ਟੀਮ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਮਾਮਲੇ ਦੇ ਹੱਲ ਬਾਰੇ ਪੁੱਛਿਆ ਤਾਂ ਉਹਨਾਂ ਨੇ ਰਟਾ ਰਟਾਇਆ ਜਵਾਬ ਹੀ ਸਾਨੂੰ ਦਿਆ। ਇਸ ਨਾਲੇ ਦੀ ਸਫਾਈ ਲਈ ਪ੍ਰਬੰਧ ਕੀਤੇ ਜਾ ਰਹੇ ਨੇ, ਬਰਸਾਤ ਮੌਸਮ ਆਉਣ ਤੋਂ ਪਹਿਲਾਂ ਇਸ ਨਾਲੇ ਦੀ ਸਫਾਈ ਕਰ ਦਿੱਤੀ ਜਾਏਗੀ। ਹੁਣ ਵੱਡਾ ਸਵਾਲ ਇਹ ਹੈ, ਵਿਭਾਗ ਦੇ ਵੱਲੋਂ ਤਾਂ ਲੱਖ ਦਾਅਵੇ ਕੀਤੇ ਗਏ ਹਨ, ਪਰ ਦੂਜੇ ਪਾਸੇ ਦਾਅਵਿਆਂ ਤੋਂ ਉਲਟ ਜ਼ਮੀਨੀ ਹਕੀਕਤ ਕੁਝ ਹੋਰ ਹੀ ਕਹਾਣੀ ਕਹਿੰਦੀ ਨਜ਼ਰ ਆ ਰਹੀ ਹੈ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।